ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਜਸਮੀਤ ਭਾਟੀਆ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਾਲਜਸ ਦੇ ਵਿੱਚ ਜਾ ਰਹੇ ਨੇ, ਸਾਡੇ ਸਟੂਡੈਂਟਸ ਨੂੰ ਵੀ ਮਿਲ ਰਹੇ ਨੇ ਔਰ ਲਗਾਤਾਰ ਸਾਡੇ ਸਟੂਡੈਂਟਸ ਦੇ ਲਈ ਅਪਡੇਟ ਵੀ ਲੈ ਕੇ ਆ ਰਹੇ ਨੇ, ਨਵੇਂ ਨਵੇਂ ਕੋਰਸਿਸ ਦੀ ਖੋਜਬੀਨ ਕਰ ਰਹੇ ਨੇ। ਜਸਮੀਤ ਜੀ, ਕਿ ਕਿਹੜੇ ਕਿਹੜੇ ਕੋਰਸਿਸ ਨੇ ਜਿਨ੍ਹਾਂ ਦੇ ਨਾਲ ਸਟੂਡੈਂਟਸ ਨੂੰ ਜੋਬਸ ਵੀ ਅਵੇਲੇਬਲ ਨੇ, ਸੋ ਸਾਰੇ ਵਿਸ਼ੇ 'ਤੇ ਗੱਲ ਕਰਾਂਗੇ। ਜਸਮੀਤ ਜੀ ਬਹੁਤ ਸਵਾਗਤ ਹੈ। ਹੈਲੋ, ਥੈਂਕ ਯੂ ਸੋ ਮਚ ਜਸਮੀਤ ਜੀ। ਪਹਿਲਾਂ ਤਾਂ ਇਹ ਦੱਸੋ ਕਿ ਕਿਹੜੇ ਕਿਹੜੇ ਤੁਸੀਂ ਵੱਡੇ ਕਾਲਜ ਘੁੰਮੇ ਨੇ ਅਤੇ ਸਾਡੇ ਸਟੂਡੈਂਟਸ ਕਿਸ ਤਰ੍ਹਾਂ ਉੱਥੇ ਆਪਣੀ ਪੜ੍ਹਾਈ ਨੂੰ ਐਕਸਪੀਰੀਅੰਸ ਕਰ ਰਹੇ ਨੇ। ਸੋ ਮੈਂ ਕੱਲ ਜਾਰਜ ਬਰਾਊਨ ਕਾਲਜ 'ਚ ਸੀ, ਜਿਹੜਾ ਕਿ ਡਾਊਨਟਾਊਨ 'ਚ ਹੈ, ਐਂਡ ਮੈਨੂੰ ਲੱਗਦਾ ਨਹੀਂ ਕੋਈ ਹੋਰ ਕਾਲਜ ਇੰਨਾ ਡਾਊਨਟਾਊਨ 'ਚ ਹੈਗਾ ਜਿੰਨਾ ਡਾਊਨਟਾਊਨ 'ਚ ਜਾਰਜ ਬਰਾਊਨ ਕਾਲਜ ਹੈ। ਤੁਸੀਂ ਸਮਝ ਲਓ ਕਿ ਖਾਸ ਡਾਊਨਟਾਊਨ ਟੋਰੋਂਟੋ, ਜਿਹੜਾ ਕਿ ਸ਼ਹਿਰ ਦਾ ਬਿਲਕੁਲ ਸੈਂਟਰ ਪੁਆਇੰਟ ਹੋ ਜਾਂਦਾ, ਉੱਥੇ ਜਾਰਜ ਬਰਾਊਨ ਕਾਲਜ ਹੈ। ਉਹਨਾਂ ਦੇ ਤਿੰਨ ਕੈਂਪਸ ਹੈ, ਵਨ ਇਜ਼ ਡਾਊਨਟਾਊਨ, ਵਨ ਇਜ਼ ਨੀਅਰ ਕਾਸਾ ਲੋਮਾ ਐਂਡ ਵਨ ਇਜ਼ ਨੀਅਰ ਹਾਰਬਰ ਫਰੰਟ। ਸੋ ਟੋਰੋਂਟੋ 'ਚ ਤਿੰਨ ਕੈਂਪਸ ਖਾਸ ਹੈ, ਔਰ ਜਦੋਂ ਤੁਸੀਂ ਡਾਊਨਟਾਊਨ 'ਚ ਪੜ੍ਹਦੇ ਹੋ ਨਾ ਤਾਂ ਆਸੇ ਪਾਸੇ ਇੰਨੇ ਜ਼ਿਆਦਾ ਰੈਸਟੋਰੈਂਟਸ ਹੈ, ਔਰ ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ, ਸ਼ਾਇਦ ਟੋਰੋਂਟੋ ਸ਼ਹਿਰ 'ਚ 10,000 ਰੈਸਟੋਰੈਂਟ ਹੈ। ਤਾਂ ਇੰਨੇ ਜ਼ਿਆਦਾ ਰੈਸਟੋਰੈਂਟਸ ਹੈ ਕਿ ਤੁਹਾਨੂੰ ਜੋਬਸ ਮਿਲਣੀਆਂ ਬਹੁਤ ਜ਼ਿਆਦਾ ਲਾਜ਼ਮੀ ਹੋ ਜਾਂਦੀਆਂ। ਔਰ ਤੀਜੀ ਚੀਜ਼ ਮੈਂ ਇਹ ਕਹਿਣਾ ਚਾਹਾਂਗਾ ਕਿ ਬੱਚੋ, ਕਿ ਜਦੋਂ ਆਪਾਂ ਡਾਊਨਟਾਊਨ ਰਹਿੰਦੇ ਹਾਂ ਤਾਂ ਜਿਹੜਾ ਇੱਕ ਕਲਚਰ ਹੈ, ਥੋੜ੍ਹਾ ਜਿਹਾ ਸਾਨੂੰ ਉੱਥੇ ਹਰ ਤਰ੍ਹਾਂ ਦੇ ਬੰਦੇ ਮਿਲਦੇ ਆ, ਤਾਂ ਯੂ ਟੈਂਡ ਟੂ ਲਰਨ ਅਲੋਟ। ਯੈਸ, ਮਹਿੰਗਾ ਜ਼ਰੂਰ ਹੋਏਗਾ ਬਿਕੋਜ਼ ਡਾਊਨਟਾਊਨ ਸਭ ਤੋਂ ਐਕਸਪੈਂਸਿਵ ਹੋ ਜਾਂਦਾ, ਕੀ ਕਹਿੰਦੇ ਆ, ਜੇ ਰਹਿਣ ਵਾਸਤੇ ਗੱਲ ਕਰੀਏ। ਐਂਡ ਜਾਰਜ ਬਰਾਊਨ ਕਾਲਜ 'ਚ ਬਹੁਤ ਸਾਰੇ ਇੱਦਾਂ ਦੇ ਕੋਰਸਿਸ ਹੈਗੇ ਆ ਜਿਹੜੇ ਤੁਸੀਂ ਕਰ ਸਕਦੇ ਹੋ, ਟੈਕਨੀਕਲ ਕਰ ਸਕਦੇ ਹੋ, ਕਲਨਰੀ ਕਰ ਸਕਦੇ ਹੋ, ਫੈਸ਼ਨ ਕਰ ਸਕਦੇ ਹੋ, ਡਿਜ਼ਾਇਨ ਕਰ ਸਕਦੇ ਹੋ, ਮੀਡੀਆ ਕੋਰਸਿਸ ਕਰ ਸਕਦੇ ਹੋ। ਸੋ ਬਹੁਤ ਸਾਰੇ ਇੱਦਾਂ ਦੇ ਕੋਰਸਿਸ ਹੈ, ਐਂਡ ਪਰਸਨਲ ਸਪੋਰਟ ਵਰਕਰ ਲੈ ਸਕਦੇ ਹੋ, ਅਰਲੀ ਚਾਈਲਡ ਐਜੂਕੇਸ਼ਨ ਲੈ ਸਕਦੇ ਹੋ, ਜਿਹੜੇ ਹਾਲੇ ਵੀ ਕੁਛ ਪ੍ਰੋਗਰਾਮ ਸਪਟੈਂਬਰ ਇਨਟੇਕ ਲਈ ਓਪਨ ਹੈ। ਸੋ ਸਟੂਡੈਂਟਸ, ਮੈਨੂੰ ਲੱਗਦਾ ਆਲ ਇਨ ਆਲ ਇੱਕ ਵਧੀਆ ਪੈਕੇਜ ਹੈ ਜਾਰਜ ਬਰਾਊਨ ਕਾਲਜ। ਐਂਡ ਜੇ ਤੁਸੀਂ ਖਾਸ ਟੋਰੋਂਟੋ 'ਚ ਪੜ੍ਹਨਾ ਚਾਹੁੰਦੇ ਹੋ, ਐਕਸਪੋਜਰ ਲੈਣਾ ਚਾਹੁੰਦੇ ਹੋ, ਤਾਂ ਯੂ ਵਿਲ ਲਰਨ ਅਲੋਟ। ਸੈਕਿੰਡਲੀ, ਮੈਂ ਸ਼ੈਰੀਟਨ ਕਾਲਜ ਵਿਜ਼ਿਟ ਕੀਤਾ, ਜਿਹਦੇ ਤਿੰਨ ਕੈਂਪਸ ਹੈ, ਵਨ ਇਜ਼ ਬਰੈਂਪਟਨ, ਸੋ ਖਾਸ ਕੈਂਪਸ ਹੈ ਜਿੱਥੇ ਸਾਰੇ ਜਾਣਾ ਚਾਹੁੰਦੇ ਹੀ ਜਾਂਦੇ ਹੈ। ਦੂਜਾ ਕੈਂਪਸ ਹੈਗਾ ਕੀ ਕਹਿੰਦੇ ਹੈ, ਮਿਸੀਸਾਗਾ, ਐਂਡ ਤੀਜਾ ਕੈਂਪਸ ਹੈਗਾ ਓਕਵਿਲ। ਸੋ ਤਿੰਨ ਕੈਂਪਸ ਹੈ ਜਿਹੜੇ ਕਿ ਬਰੈਂਪਟਨ, ਜਿਹੜੇ ਸ਼ੈਰੀਟਨ ਕਾਲਜ ਦੇ ਹੈਗੇ ਆ। ਔਰ ਤੁਹਾਨੂੰ ਪਤਾ ਹੀ ਹੋਏਗਾ ਕਿ ਹੁਣ ਜ਼ਿਆਦਾ ਸਾਡੇ ਕੋਲ ਵੈਸੇ ਹੀ ਬਰੈਂਪਟਨ ਮਿਸੀਸਾਗਾ 'ਚ ਆਪਸ਼ਨ ਨਹੀਂ ਹੈਗੀਆਂ। ਹੁਣ ਓਕਵਿਲ ਦੀ ਗੱਲ ਕਰੀਏ ਤਾਂ ਓਕਵਿਲ ਜੀ ਟੀ ਏ 'ਚ ਜ਼ਰੂਰ ਆਉਂਦਾ, ਬਟ ਓਕਵਿਲ ਇਜ਼ ਲਾਈਕ 40 ਮਿੰਟਸ ਡਰਾਈਵ ਫਰੋਮ ਟੋਰੋਂਟੋ, 40 ਮਿੰਟ ਲੱਗਦੇ ਆ ਟੋਰੋਂਟੋ ਤੋਂ ਆਉਣ ਲਈ, ਔਰ ਬਰੈਂਪਟਨ ਤੋਂ ਆਉਣ ਲਈ ਵੀ 40 ਕੁ ਮਿੰਟ ਲੱਗ ਜਾਂਦੇ ਆ। ਸੋ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਅਸੀਂ ਓਕਵਿਲ ਜਾਣਾ, ਓਕਵਿਲ ਸ਼ੈਰੀਟਨ ਕਾਲਜ ਜਾ ਰਹੇ ਹਾਂ, ਤਾਂ ਧਿਆਨ ਜ਼ਰੂਰ ਦਿਓ ਕਿ ਓਕਵਿਲ ਇਜ਼ ਲਾਈਕ ਥੋੜ੍ਹਾ ਜਿਹਾ ਫਾਰ ਆਫ ਫਰੋਮ ਮਿਸੀਸਾਗਾ, ਬਰੈਂਪਟਨ ਐਂਡ ਟੋਰੋਂਟੋ। ਸੋ ਸ਼ੈਰੀਟਨ ਕਾਲਜ ਵੀ ਇੱਦਾਂ ਦਾ ਕਾਲਜ ਹੈ ਜਿਹਦੇ ਕੋਲ ਬਹੁਤ ਹੀ ਵਧੀਆ ਵਧੀਆ ਪ੍ਰੋਗਰਾਮਸ ਹੈਗੇ ਆ, ਟੈਕਨੀਕਲ, ਨੋਨ ਟੈਕਨੀਕਲ ਐਂਡ ਹੈਲਥ ਕੋਰਸਿਸ, ਐਂਡ ਸਟਿਲ ਦੇ ਆਰ ਓਪਨ ਫੋਰ ਸਮ ਪ੍ਰੋਗਰਾਮ ਆਰ ਓਪਨ ਫੋਰ ਸਪਟੈਂਬਰ ਐਂਡ ਸਮ ਆਰ ਓਪਨ ਫੋਰ ਜਨਵਰੀ। ਸੋ ਸ਼ੈਰੀਟਨ ਕਾਲਜ ਮੈਂ ਵਿਜ਼ਿਟ ਕਰਨ ਵਾਲਾ। ਸੋ ਇਸ ਤੋਂ ਬਾਅਦ ਮੇਰਾ ਕੀ ਕਹਿੰਦੇ ਆ ਨੈਕਸਟ ਜਿਹੜਾ ਕਾਲਜ ਹਲੇ ਮੈਂ ਵਿਜ਼ਿਟ ਨਹੀਂ ਕੀਤਾ ਉਹ ਹੈਗਾ ਸੈਂਟੀਨੀਅਲ ਕਾਲਜ। ਸੋ ਸੈਂਟੀਨੀਅਲ ਕਾਲਜ ਵੀ ਇੱਕ ਟੋਪ ਦਾ ਕਾਲਜ ਹੈ। ਸੋ ਇਹ ਸਾਰੇ ਕਾਲਜ ਜੀ ਟੀ ਏ 'ਚ ਹੈ। ਸੋ ਮੈਂ ਇਸ ਲਈ ਵਿਜ਼ਿਟ ਕਰ ਰਿਹਾ ਕਿਉਂਕਿ ਇਸ ਟਾਈਮ 'ਤੇ ਬੱਚਿਆਂ ਦੀ ਜਿਹੜੀ ਡਿਮਾਂਡ ਹੈ ਉਹ ਗ੍ਰੇਟਰ ਟੋਰੋਂਟੋ ਏਰੀਆ ਦੀ ਹੈਗੀ ਜ਼ਿਆਦਾਤਰ, ਕਿਉਂਕਿ ਪੀ 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 ਕੈਂਪਸਿਸ ਜਦੋਂ ਦੇ ਬੰਦ ਹੋਏ ਨੇ ਉਸ ਤੋਂ ਬਾਅਦ ਬੱਚੇ ਕੀ ਕਹਿੰਦੇ ਆ ਟੋਰੋਂਟੋ ਏਰੀਆ 'ਚ ਕਾਲਜਸ ਲੱਭ ਰਹੇ ਆ, ਬਿਕੋਜ਼ ਟੋਰੋਂਟੋ ਜਿਹਨੂੰ ਸਭ ਤੋਂ ਜ਼ਿਆਦਾ ਬਿਜ਼ੀ, ਸਭ ਤੋਂ ਜ਼ਿਆਦਾ ਹੈਪਨਿੰਗ, ਸਭ ਤੋਂ ਜ਼ਿਆਦਾ ਦਿਲ 'ਚ ਕਿਸੇ ਜਗ੍ਹਾ 'ਤੇ ਲੱਗਦਾ ਤਾਂ ਉਹ ਗ੍ਰੇਟਰ ਟੋਰੋਂਟੋ ਏਰੀਆ 'ਚ ਹੀ ਲੱਗਦਾ ਹੈਗਾ ਬੱਚਿਆਂ ਦਾ। ਪਰ ਸਟੂਡੈਂਟਸ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਕੰਪਟੀਸ਼ਨ ਬਹੁਤ ਟਫ ਹੈ, ਕਿਉਂਕਿ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਇਸ ਏਰੀਏ 'ਚ, ਐਂਡ ਮੋਸਟ ਬਿਜ਼ੀ ਹੈਗੀਆਂ, ਐਂਡ ਮੋਸਟ ਓਪਰਚੁਨਿਟੀਜ਼ ਵੀ ਜ਼ਰੂਰ ਹੈਗੀਆਂ।
ਸੋ ਜੇ ਤੁਸੀਂ ਸ਼ੈਰੀਟਨ ਸੈਂਟੀਨੀਅਲ ਔਰ ਜਾਰਜ ਬ੍ਰਾਊਨ ਔਰ ਸੈਨੇਕਾ ਕਾਲਜ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਨੇ ਚਾਰੋ ਜੀ ਟੀ ਏ ਦੇ ਕਾਲਜ ਡਾਇਰੈਕਟਲੀ ਰਿਪ੍ਰਜੈਂਟ ਕਰਦਾ ਡਾਇਰੈਕਟਲੀ ਮਤਲਬ ਅਸੀਂ ਸਾਰੇ ਕਾਲਜਿਸ ਡਾਇਰੈਕਟਲੀ ਰਿਪ੍ਰਜੈਂਟ ਕਰਦੇ ਹਾਂ ਸੋ ਤੁਸੀਂ ਡਾਇਰੈਕਟਲੀ ਸਾਨੂੰ ਈਮੇਲ ਕਰ ਸਕਦੇ ਹੋ ਐਂਡ ਇਹਨਾਂ ਚਾਰਾਂ ਕਾਲਜਿਸ 'ਚ ਐਡਮਿਸ਼ਨ ਲੈ ਸਕਦੇ ਹੋ ਜੇ ਤੁਸੀਂ ਔਨਸ਼ੋਰ ਹੋ ਜਿਵੇਂ ਤੁਸੀਂ ਆਲਰੇਡੀ ਕੈਨੇਡਾ 'ਚ ਹੈਗੇ ਹੋ ਤੁਸੀਂ ਆਪਣਾ ਪ੍ਰੋਗਰਾਮ ਚੇਂਜ ਕਰਕੇ ਇਹਨਾਂ ਕਾਲਜਿਸ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਮਦਦ ਕਰ ਸਕਦਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਬਿਲਕੁਲ ਠੀਕ ਹੈ ਅਗਰ ਅਸੀਂ ਪੈਨ ਕੈਨੇਡਾ ਦੀ ਗੱਲ ਕਰੀਏ ਜਸਮੀਤ ਜੀ ਤੇ ਸਪਟੰਬਰ ਇਨਟੇਕ 'ਚ ਹਜੇ ਕਿੰਨੀਆਂ ਸੀਟਸ ਅਵੇਲੇਬਲ ਨੇ ਸਾਡੇ ਸਟੂਡੈਂਟਸ ਲਈ ਅੱਛੇ ਕੋਰਸਾਂ ਦੀਆਂ ਦੇਖੋ ਸਰ ਮੈਂ ਇਹ ਤੁਹਾਨੂੰ ਕਲੀਅਰ ਕਰਨਾ ਚਾਹਾਂਗਾ ਕਿ ਕੋਰਸ ਟੂ ਕੋਰਸ ਬੇਸ ਲੱਭਣਾ ਪਏਗਾ ਜੇ ਐਸ ਸੱਚ ਮੈਨੂੰ ਕਹੋ ਕਿ ਬਹੁਤ ਸਾਰੀਆਂ ਸੀਟਾਂ ਅਵੇਲੇਬਲ ਹੈ ਤਾਂ ਬਹੁਤ ਸਾਰੀਆਂ ਨਹੀਂ ਹੈਗੀਆਂ ਕਾਫੀ ਸਾਰੇ ਜਿਹੜੇ ਹੈਲਥ ਦੇ ਕੋਰਸਿਸ ਹੈ ਦੇ ਆਰ ਆਲ ਕਲੋਜ਼ਡ ਰਾਈਟ ਨਾਓ ਸੋ ਕੋਰਸ ਟੂ ਕੋਰਸ ਸਾਨੂੰ ਲੱਭਣਾ ਪਏਗਾ ਅਲਬਰਟਾ ਦੀ ਗੱਲ ਕਰੋ ਤਾਂ ਅਲਬਰਟਾ ਇਜ਼ ਆਲਸੋ ਨੋਟ ਰਾਈਟ ਨਾਓ ਅਲਬਰਟਾ ਇਜ਼ ਆਲਸੋ ਨੋਟ ਕੋਈ ਵੀ ਸੀਟ ਅਵੇਲੇਬਲ ਹੈਗੀ ਸਪਟੰਬਰ ਇਨਟੇਕ 'ਚ ਜਨਵਰੀ ਇਨਟੇਕ 'ਚ ਵੀ ਬਹੁਤ ਹੀ ਚੁਣਿੰਦਾ ਸੀਟਸ ਅਵੇਲੇਬਲ ਹੈਗੀਆਂ ਦੇ ਆਰ ਆਲਸੋ ਕਲੋਜ਼ ਫਿਰ ਬੀ ਸੀ ਦੀ ਵੀ ਅਸੀਂ ਜੇ ਗੱਲ ਕਰ ਲੈਂਦੇ ਹਾਂ ਤਾਂ ਬ੍ਰਿਟਿਸ਼ ਕੋਲੰਬੀਆ 'ਚ ਯੈਸ ਰਾਈਟ ਨਾਓ ਵੀ ਹੈਵ ਕੇ ਪੀ ਯੂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਨੋਰਥ ਆਈਲੈਂਡ ਕਾਲਜ ਬਟ ਨੋਰਥ ਆਈਲੈਂਡ ਕਾਲਜ ਬਹੁਤ ਡਿਮਾਂਡ 'ਚ ਹੈ ਕਿਉਂਕਿ ਉੱਥੇ ਜੋਬਸ ਬਹੁਤ ਹੈ ਉੱਥੇ ਪੀ ਆਰ ਈਜ਼ੀ ਹੈ ਸੋ ਨੋਰਥ ਆਈਲੈਂਡ ਕਾਲਜ ਇਜ਼ ਓਨਲੀ ਓਪਨ ਫੋਰ ਜਨਵਰੀ ਇਨਟੇਕ ਐਂਡ ਦੇ ਡੋਂਟ ਟੇਕ ਮੱਚ ਸਟੂਡੈਂਟਸ ਫਿਰ ਅਸੀਂ ਗੱਲ ਕਰਦੇ ਹਾਂ ਸਸਕੈਚੁਅਨ ਪੋਲੀਟੈਕਨੀਕ ਦੀ ਸਸਕੈਚੁਅਨ ਪੋਲੀਟੈਕਨੀਕ ਇਜ਼ ਆਲਸੋ ਓਪਨ ਫੋਰ ਜਨਵਰੀ ਇਨਟੇਕ ਰਜਾਈਨਾ 'ਚ ਹੈ ਜਿੱਥੇ ਪੀ ਆਰ ਜਲਦੀ ਹੁੰਦੀ ਹੈ ਸੋ ਕੋਰਸ ਟੂ ਕੋਰਸ ਔਰ ਪ੍ਰੋਵਿੰਸ ਟੂ ਪ੍ਰੋਵਿੰਸ ਦੇਖਣਾ ਪਏਗਾ ਸਰ ਕਾਫੀ ਜਗ੍ਹਾ ਤਾਂ ਇੱਦਾਂ ਦੇ ਵੀ ਹੈਗੇ ਜਿਹੜੇ ਜਨਵਰੀ ਲਈ ਵੀ ਕਲੋਜ਼ ਹੈ ਸੋ ਇਹ ਨਹੀਂ ਹੈਗਾ ਕਿ ਸਟੂਡੈਂਟ ਹਲੇ ਨਹੀਂ ਜਾ ਰਿਹਾ ਮੈਂ ਕਹਾਂਗਾ ਸਟੂਡੈਂਟ ਹਲੇ ਵੀ ਪੂਰਾ ਕੀ ਕਹਿੰਦੇ ਹੈ ਪੂਰਾ ਜ਼ਿਆਦਾ ਪੂਰਾ ਤਰ੍ਹਾਂ ਨਾਲ ਅਪਲਾਈ ਕਰ ਰਿਹਾ ਕੈਨੇਡਾ ਇੱਦਾਂ ਦੀ ਕੋਈ ਇੱਦਾਂ ਦੀ ਨਹੀਂ ਹੈਗੀ ਹੈ ਬਟ ਹੁਣ ਸਟੂਡੈਂਟ ਸਿਰਫ ਸੀਰੀਅਸ ਸਟੂਡੈਂਟ ਹੀ ਕੈਨੇਡਾ ਅਪਲਾਈ ਕਰ ਰਹੇ ਨੇ ਜਿਹੜੇ ਸਟੂਡੈਂਟ ਇਹ ਸੋਚ ਕੇ ਜਾ ਰਹੇ ਸੀ ਕਿ ਸਾਨੂੰ ਪਹੁੰਚ ਚਾਹੀਦੀ ਹੈ ਉਹਨਾਂ ਵੱਲੋਂ ਥੋੜ੍ਹਾ ਜਿਹਾ ਮੈਂ ਕਹਾਂਗਾ ਕਿ ਝੁਕਾਅ ਘੱਟ ਹੈ ਕੈਨੇਡਾ ਵੱਲ ਬਿਲਕੁਲ ਠੀਕ ਹੈ ਸੋ ਥੈਂਕ ਯੂ ਸੋ ਮੱਚ ਜਸਮੀਤ ਜੀ ਤੁਸੀਂ ਵੀ ਟਾਈਮ ਕੱਢਿਆ ਸਪੈਸ਼ਲੀ ਸੋ ਆਉਂਦੇ ਦਿਨਾਂ ਦੇ ਵਿੱਚ ਫਿਰ ਅਸੀਂ ਸਟੂਡੈਂਟਸ ਦੇ ਲਈ ਲੇਟੈਸਟ ਅਪਡੇਟਸ ਜਸਮੀਤ ਜੀ ਦੇ ਨਾਲ ਲੈ ਕੇ ਆਵਾਂਗੇ ਸੋ ਤੁਸੀਂ ਸਪਟੰਬਰ ਇਨਟੇਕ ਹੀ ਉਸ ਤੋਂ ਬਾਅਦ ਜਨਵਰੀ ਇਨਟੇਕ ਦੇ ਵਿੱਚ ਵੀ ਅਗਰ ਤੁਸੀਂ ਹੁਣੇ ਤੋਂ ਇੰਟਰਸਟਡ ਹੋ ਤੁਸੀਂ ਆਪਣੇ ਲਈ ਸੂਟੇਬਲ ਕੋਰਸ ਦੇਖ ਰਹੇ ਹੋ ਤਾਂ ਸਕਰੀਨ 'ਤੇ ਨੰਬਰ ਹੈ 9041390412 ਲੈਂਡਮਾਰਕ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਪ੍ਰੋਫਾਈਲ ਇਸ ਨੰਬਰ 'ਤੇ ਵਟਸਐਪ ਕਰ ਸਕਦੇ ਹੋ ਜਿਹੜਾ ਸਕਰੀਨ 'ਤੇ ਹੈ ਇਹ ਨੰਬਰ ਜਸਮੀਤ ਜੀ ਐਕਸੈਸ ਕਰਦੇ ਨੇ ਔਰ ਤੁਹਾਨੂੰ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਉਹ ਵੀ ਤੁਹਾਨੂੰ ਸੁਜੈਸ਼ਨ ਦੇ ਸਕਦੇ ਨੇ ਸੋ ਸਾਰੇ ਵਿਦਿਆਰਥੀ ਜਸਮੀਤ ਜੀ ਨੂੰ ਅਗਰ ਗੱਲ ਕਰਨਾ ਚਾਹੁੰਦੇ ਨੇ ਤਾਂ ਵਟਸਐਪ ਮੈਸੇਜ ਡ੍ਰੌਪ ਕਰ ਸਕਦੇ ਨੇ ਕਨਵੀਨੀਅੰਟ ਟਾਈਮ 'ਤੇ ਜਸਮੀਤ ਜੀ ਦੇ ਨਾਲ ਤੁਸੀਂ ਡਾਇਰੈਕਟ ਕਮਿਊਨੀਕੇਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ